ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਕਿਚਨ ਗਾਰਡਨ ਵਿੱਚ। ਅੱਜ ਮੈਂ ਤੁਹਾਨੂੰ ਇੱਕ ਪੌਦੇ ਨਾਲ ਇੰਟਰੋਡਿਊਸ ਕਰਵਾਉਣੀ ਹੈ ਜਿਹੜਾ ਕਿ ਵੀਡ ਦੇ ਤੌਰ 'ਤੇ ਉੱਗਦਾ, ਜੰਗਲੀ ਪੌਦਾ, ਖੁਸ਼ਕ ਥਾਵਾਂ 'ਤੇ ਅਕਸਰ ਹੀ ਤੁਸੀਂ ਇਹਨੂੰ ਦੇਖ ਸਕਦੇ ਹੋ। ਇਹਨੂੰ ਅਸੀਂ ਪੰਜਾਬੀ ਵਿੱਚ ਭੰਬੋਲੇ ਕਹਿੰਦੇ ਹਾਂ ਅਤੇ ਇੰਗਲਿਸ਼ ਦੇ ਵਿੱਚ ਜਿਹੜਾ ਇਹਦਾ ਨਾਂ ਹੈਗਾ ਉਹ ਹੈਗਾ ਗੋਲਡਨ ਗੂਸਬੈਰੀਜ਼ ਜਾਂ ਵਾਈਲਡ ਗੂਸਬੈਰੀਜ਼ ਵੀ ਇਹਨੂੰ ਕਹਿ ਦਿੰਦੇ ਆ। ਦੇਖੋ ਤੁਸੀਂ, ਅਤੇ ਇਹ ਜਿਹੜਾ ਪੌਦਾ ਹੈ ਅਸੀਂ ਭਰਤ ਪੁਆਈ ਸੀ ਘਰੇ, ਅਤੇ ਟਿੱਬਿਆਂ ਦੀ ਰੇਤਾ, ਟਿੱਬਿਆਂ ਦੇ ਵਿੱਚ ਹੋਣ ਵਾਲਾ ਬੂਟਾ ਇਹ, ਉੱਥੋਂ ਜਿਹੜੀ ਇਹਦਾ ਬੀਜ ਰੇਤੇ ਦੇ ਨਾਲ ਆਇਆ ਅਤੇ ਇੱਥੇ ਆਪਣੇ ਘਰ ਇੱਕ ਬੂਟਾ ਉੱਗਿਆ ਹੈ। ਫਿਰ ਉਸ ਤੋਂ ਪਿੱਛੋਂ ਇਹਦੇ ਬਹੁਤ ਸਾਰੇ ਜਿਹੜੇ ਬੀ ਹੈ, ਜਿਵੇਂ ਤੁਹਾਨੂੰ ਪਤਾ ਹੀ, ਸਪਰੈਡ ਹੁੰਦੇ ਰਹਿੰਦੇ ਆ, ਅਸੀਂ ਬੂਟਾ ਪੱਟਦੇ ਨਹੀਂ ਕੋਈ, ਅਤੇ ਉਹ ਫਿਰ ਦੇਖੋ ਤੁਸੀਂ ਤੁਹਾਡੇ ਸਾਹਮਣੇ ਨਤੀਜਾ, ਕਿੰਨੇ ਸਾਰੇ ਬੂਟੇ ਵਾਈਲਡ ਗੂਸਬੈਰੀ ਦੇ ਜਾਂ ਗੋਲਡਨ ਬੈਰੀ ਦੇ ਉੱਗੇ ਹੋਏ ਆ। ਇਹ ਖਾਣ ਦੇ ਵਿੱਚ ਬਹੁਤ ਟੇਸਟੀ ਹੁੰਦੀ ਹੈ, ਬਹੁਤ ਜ਼ਿਆਦਾ। ਅਤੇ ਦੇਖੋ ਤੁਸੀਂ, ਇੱਥੇ ਨੂੰ ਕਿਉਂਕਿ ਪਾਣੀ ਥੋੜ੍ਹਾ ਵੱਧ ਮਿਲਦਾ ਤਾਂ ਇਹਦੀ ਗਰੋਥ ਅੱਛੀ ਹੋ ਰਹੀ ਹੈ, ਫਰੂਟ ਥੋੜ੍ਹਾ ਘੱਟ ਪੈ ਰਿਹਾ। ਜਦੋਂ ਇਹਨੂੰ ਪਾਣੀ ਘੱਟ ਲੱਗਦਾ ਆਪਣੇ ਆਪ ਉੱਗਦਾ ਜੰਗਲ ਦੇ ਵਿੱਚ ਵਾਈਲਡ ਏਰੀਏ ਦੇ ਵਿੱਚ, ਤਾਂ ਉਦੋਂ ਫਿਰ ਇਹਨੂੰ ਜਿਹੜਾ ਫਰੂਟ ਆ ਉਹ ਜ਼ਿਆਦਾ ਪੈਂਦਾ। ਤੁਹਾਨੂੰ ਮੈਂ ਇੱਥੇ ਦਿਖਾਉਣੀ, ਪੱਕਿਆ ਹੋਇਆ ਇੱਕ, ਪਰ ਇਹ ਕਿਸੇ ਨੇ ਖਾ ਲਿਆ। ਦੇਖੋ ਇਹ ਖਾਧਾ ਹੋਇਆ, ਕਿਸੇ ਸੁੰਡੀ ਨੇ ਖਾ ਲਿਆ ਇਹਨੂੰ। ਇਹਦਾ ਹਾਲੇ ਕੋਈ ਵੀ ਸਾਨੂੰ ਪੱਕਿਆ ਹੋਇਆ ਫਰੂਟ ਨਹੀਂ ਮਿਲੂਗਾ ਕਿਉਂਕਿ ਇਹਨੂੰ ਫਰੂਟਿੰਗ ਹਾਲੇ ਸ਼ੁਰੂ ਹੋਈ ਹੈ। ਇਹ ਦੇਖੋ ਬਹੁਤ ਸਾਰੇ ਬੂਟੇ ਜਿਹੜੇ ਇਹਦੇ ਉੱਗੇ ਹੋਏ ਆ, ਅਤੇ ਜਦੋਂ ਇਹਦਾ ਫਲ ਜਿਹੜਾ ਭੰਬੋਲੇ ਆ ਪੱਕਣ ਗਦੋਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹੁੰਦੇ। ਟੇਸਟ ਇਹਦਾ ਬੜਾ ਹੀ ਵਧੀਆ ਹੁੰਦਾ, ਮਾਰਕੀਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਰੇਹੜੀਆਂ ਦੇ ਵਿੱਚ ਜਾਂ ਫਰੂਟ ਸ਼ੋਪਸ ਦੇ ਉੱਤੇ ਇਹ ਰੱਖੇ ਹੁੰਦੇ ਆ, ਪਰ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦੇ ਆ। ਇਹ ਹੈ ਪਟੂਨੀਆ, ਪਟੂਨੀਆ ਸਰਦੀ ਦਾ ਫਲਾਰ ਹੈ, ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੌਦਿਆਂ ਦੇ ਵਿੱਚ ਖੜ੍ਹਾ ਹੋਣ ਕਰਕੇ ਇਹ ਜੂਨ ਦੇ ਵਿੱਚ ਵੀ ਖਿੜ ਰਿਹਾ, ਔਰ ਬੜੇ ਸੋਹਣੇ ਦੇਖੋ ਫਲਾਰਸ ਆਏ ਹੋਏ ਆ। ਇਹ ਦੇਖੋ ਬੈਂਗਣ ਵੀ ਕਿੰਨਾ ਸੋਹਣਾ ਸ਼ੁਰੂ ਹੋ ਗਿਆ, ਇਹਨੂੰ ਫਲ ਪੈਣਾ। ਪਹਿਲਾਂ 3-4 ਲੱਗੇ ਸੀ, ਇਹ ਭੜਥੇ ਵਾਲੇ ਬੈਂਗਣ ਆ ਵੱਡੇ, ਪਰ ਗਰਮੀ ਵੱਧ ਹੋਣ ਕਰਕੇ ਜਿਹੜਾ ਸਾਈਜ਼ ਹੈ ਉਹ ਥੋੜ੍ਹਾ ਘੱਟ ਜਾਂਦਾ ਫਰੂਟ ਦਾ, ਕਿਉਂਕਿ ਫਰੂਟ ਜਿਹੜਾ ਉਹਨੂੰ ਪ੍ਰੋਪਰ ਜਿਹੜੀ ਇਹਦੀ ਗਰੋਥ ਹੈ ਜਿੰਨਾ ਸਾਈਜ਼ ਚਾਹੀਦਾ ਉਹਦੇ ਵਾਸਤੇ ਮੌਸਮ ਥੋੜ੍ਹਾ ਜਿਹਾ ਠੀਕ ਸੁਹਾਵਣਾ ਚਾਹੀਦਾ ਹੁੰਦਾ। ਅਤੇ ਇਹ ਹੈ ਸਾਡੀਆਂ ਵੱਲਾਂ ਚਿੱਬੜਾਂ ਦੀਆਂ, ਕੱਖੜੀਆਂ ਦੀਆਂ, ਪਰ ਪਾਣੀ ਇਹਨਾਂ ਨੂੰ ਥੋੜ੍ਹਾ ਜ਼ਿਆਦਾ ਪੈਂਦਾ ਇੱਥੇ, ਉਸ ਕਰਕੇ ਇਹ ਵੱਧ ਰਹੇ ਆ ਜ਼ਿਆਦਾ, ਫਰੂਟ ਇਹਨੂੰ ਘੱਟ ਆ ਰਿਹਾ। ਪਾਣੀ ਦਾ ਕਾਰਨ ਹੈ ਕਿ ਅਸੀਂ ਪੇਠੇ ਨੂੰ ਪਾਣੀ ਪਾਉਣੇ ਆ, ਉਹਦੇ ਕਰਕੇ ਜਿਹੜਾ ਪਾਣੀ ਇੱਧਰ ਚਲਿਆ ਜਾਂਦਾ। ਇਹਨੂੰ ਫਿਰ ਵਧਣ ਦੇ ਉੱਤੇ ਇਹਨੇ ਦੇਖੋ ਜ਼ੋਰ ਦਿੱਤਾ ਹੋਇਆ, ਅਤੇ ਫਰੂਟ ਇਹਨੂੰ ਘੱਟ ਆ ਰਿਹਾ। ਵੈਸੇ ਇੱਥੇ ਇੱਕ ਲੱਗੀ ਹੋਈ ਸੀ ਖੱਖੜੀ, ਸ਼ਾਇਦ ਤੋੜ ਲਈ ਹੈ, ਉੱਥੇ ਲੱਗੀ ਹੋਈ ਸੀਗੀ, ਉਹ ਪੱਕਣ ਕਰਕੇ ਤੋੜ ਲਈ ਹੈ। ਇੱਕ ਹੋਰ ਲੱਗਿਆ ਪਿਆ ਵਿੱਚ ਥੋੜ੍ਹਾ ਜਿਹਾ ਛੋਟਾ ਜਿਹਾ ਚਿੱਬੜ ਹੈ ਸ਼ਾਇਦ। ਅਤੇ ਆ ਦੇਖੋ ਤੁਸੀਂ, ਇਹਨੂੰ ਮੈਂ ਕੱਲ੍ਹ ਹੀ
ਇੱਕ ਮੈਜੀਕਲ ਵਾਟਰ ਪਾਇਆ ਸੀ, ਉਹ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੀ ਕਿਹੜਾ ਮੈਜੀਕਲ ਵਾਟਰ ਹੈ ਜਿਹਦੇ ਨਾਲ ਪੌਦਿਆਂ ਦੀ ਗਰੋਥ ਵੱਧ ਹੁੰਦੀ ਹੈ, ਇਨਹਾਂਸ ਹੁੰਦੀ ਹੈ, ਅਤੇ ਉਹਨੂੰ ਜਿਹੜਾ ਹੈਗਾ ਫਰੂਟ ਵੀ ਜ਼ਿਆਦਾ ਆਉਂਦਾ, ਫਲ ਵੀ ਜ਼ਿਆਦਾ ਪੈਂਦਾ। ਗਰਮੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਗਰਮੀ ਹੈ, ਟੈਂਪਰੇਚਰ 46-47 ਤੱਕ ਵੀ ਚਲਾ ਜਾਂਦਾ। ਅਤੇ ਧਾਨੀ ਹੈ ਵਿਚਾਰੇ ਪੌਦੇ ਜਿਹੜੇ ਇੰਨੀ ਗਰਮੀ ਦੇ ਵਿੱਚ ਸਰਵਾਈਵ ਕਰਦੇ ਆ, ਪਰ ਇਹਦੇ ਵਾਸਤੇ ਇਹਨਾਂ ਨੂੰ ਪਾਣੀ ਦੀ ਮਾਤਰਾ ਬਹੁਤ ਚਾਹੀਦੀ ਹੈ ਹੁਣ, ਕਿਉਂਕਿ ਜੇ ਐਡੀਕੁਏਟ ਅਮਾਊਂਟ ਦੇ ਵਿੱਚ ਅਸੀਂ ਪਾਣੀ ਪਾਉਣੇ ਹੈ ਤਾਂ ਗਰਮੀ ਦਾ ਅਸਰ ਜਿਹੜਾ ਪੌਦਿਆਂ 'ਤੇ ਉਹ ਘੱਟ ਹੁੰਦਾ। ਕੋਸ਼ਿਸ਼ ਕਰੋ ਕਿ ਸੁਬਹਾ ਅਤੇ ਸ਼ਾਮ ਦੇ ਸਮੇਂ ਪੌਦਿਆਂ ਨੂੰ ਪਾਣੀ ਦਿਓ, ਕਿਉਂਕਿ ਉਹਦੇ ਨਾਲ ਜਿਹੜੇ ਪੌਦੇ ਆ ਤੁਹਾਡੇ ਉਹ ਸਰਵਾਈਵ ਕਰਦੇ ਆ, ਉਹਨਾਂ 'ਤੇ ਗਰਮੀ ਅਸਰ ਘੱਟ ਕਰਦੀ ਹੈ। ਬੇਠਾ ਇੱਕ ਲਾਇਆ ਹੋਇਆ ਮੈਂ ਤੁਹਾਨੂੰ ਦਿਖਾਉਣੀ, ਉਹ ਵੀ ਇਹ ਗੁਆਰਾ ਅੱਜ ਤੋੜਿਆ, ਅਤੇ ਇਹ ਪੇਠਾ ਦੇਖੋ, ਅਤੇ ਨਾਲ ਇੱਕ ਛੋਟਾ ਜਿਹਾ ਕਰੇਲਾ ਮਿਲਿਆ, ਇਹ ਅੱਜ ਦੀ ਸਬਜ਼ੀ ਹੈ। ਇੱਕ ਇਹ ਵੱਲ ਹੈ ਤੋਰੀਆਂ ਦੀ, ਅਤੇ ਨਾਲ ਹੀ ਝਾੜ ਕਰੇਲੇ ਹੈ, ਇਹਦੇ ਵਾਸਤੇ ਅਸੀਂ ਇੱਥੇ ਰੱਸੀ ਬੰਨ੍ਹਤੀ ਹੈ ਤਾਂ ਕਿ ਜਿਹੜੀ ਇਹ ਉੱਪਰ ਇਸ ਟ੍ਰੀ ਦੇ ਉੱਤੇ ਇੱਤ ਚੜ੍ਹਾ ਦਿਆਂਗੇ ਇਹਨੂੰ। ਇਹ ਆ ਬੋਗਨਵੀਲੀਆ, ਜਿੰਨੀ ਵੱਧ ਗਰਮੀ ਉਨੇ ਬੋਗਨਵੀਲੀਆ ਦੇ ਫੁੱਲ ਵੱਧ, ਪਾਣੀ ਘੱਟ ਗਰਮੀ ਵੱਧ। ਦੇਖੋ ਤੁਸੀਂ ਕਿੰਨੇ ਸੋਹਣੇ ਫੁੱਲ ਆ। ਇਹ ਆ ਹਾਰ ਸ਼ਿੰਗਾਰ, ਇਹਦੇ ਬਾਰੇ ਵੀ ਤੁਹਾਨੂੰ ਕਿਸੇ ਦਿਨ ਵੀਡੀਓ ਪਾ ਕੇ ਦੱਸਾਂਗੀ ਕਿ ਹਾਰ ਸ਼ਿੰਗਾਰ ਦੇ ਕੀ ਫਾਇਦੇ ਹੁੰਦੇ ਆ। ਅਤੇ ਘਰ ਲਾਇਆ ਇਹ ਕਿੰਨਾ ਸੋਹਣਾ ਲੱਗਦਾ। ਇਹ ਲੱਗੇ ਹੋਏ ਝਾੜ ਕਰੇਲੇ, ਝਾੜ ਕਰੇਲਿਆਂ 'ਤੇ ਇੱਕ ਦਿਨ ਇਹਨਾਂ 'ਤੇ ਵੀ ਸਪੈਸ਼ਲ ਵੀਡੀਓ ਬਣਾਵਾਂਗੇ ਕਿ ਝਾੜ ਕਰੇਲੇ ਜਿਹੜੇ ਉਹ ਉਹਨਾਂ ਨੂੰ ਗਰੋ ਕਰਨ ਵਾਸਤੇ ਕਿਸ ਤਰ੍ਹਾਂ ਦਾ ਸੋਇਲ ਹੈ, ਕਿਸ ਤਰ੍ਹਾਂ ਕਿੰਨਾ ਪਾਣੀ ਚਾਹੀਦਾ ਹੈ, ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ, ਇਹ ਸਾਰਾ ਅਸੀਂ ਡਿਸਕਸ ਕਰਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ। ਆ ਫਿਰ ਦੇਖੋ ਇਹ ਮਕੋਏ, ਇਹ ਮਕੋ ਦਾ ਬੂਟਾ ਉਹ ਸੀਗਾ ਪਮੋਲਿਆਂ ਦਾ। ਇਹ ਦੇਖੋ ਬੈਂਗਣ, ਫਿਰ ਕਿੰਨੇ ਸੋਹਣੇ ਲੱਗੇ ਹੋਏ ਦੋ, ਇਹ ਛੋਟੇ ਬੈਂਗਣ ਹੈ। ਇਹਨਾਂ ਨੂੰ ਸਾਡੀ ਭਾਸ਼ਾ ਦੇ ਵਿੱਚ ਇੱਧਰ ਚੂੰ-ਚੂੰ ਕਹਿੰਦੇ ਆ, ਨਿੱਕੇ ਨਿੱਕੇ ਹੁੰਦੇ ਜਿਵੇਂ ਚੂਚੇ ਹੁੰਦੇ ਆ, ਉਹਨਾਂ ਵਾਂਗੂ ਚੂੰ-ਚੂੰ ਛੋਟੇ ਬੈਂਗਣਾਂ ਨੂੰ। ਅਤੇ ਇਹ ਆਪਣੇ ਟਮਾਟਰ, ਇਹ ਲੱਗ ਗਿਆ ਜੀ ਇੱਕ ਹੋਰ ਸ਼ਿਮਲਾ ਮਿਰਚ, ਉਹ ਦੇਖੋ ਲੱਗੀ ਹੋਈ ਹੈ, ਇੱਧਰ ਵੀ ਲੱਗਦੀਆਂ ਆਉਂਦੀਆਂ ਆ ਸਾਰੇ ਬੂਟੇ ਸ਼ਿਮਲਾ ਮਿਰਚ ਦੇ। ਪਰ ਸ਼ਿਮਲਾ ਮਿਰਚ ਜਿਹੜੀ ਪਾਣੀ ਕਾਫੀ ਚਾਹੀਦਾ ਇਹਨੂੰ, ਪਾਣੀ ਪ੍ਰੋਪਰ ਅਮਾਊਂਟ ਦੇ ਵਿੱਚ ਮਿਲੇ ਤਾਂ ਫਿਰ ਇਹਨੂੰ ਸ਼ਿਮਲਾ ਮਿਰਚ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ, ਘੱਟ ਪਾਣੀ ਹੋਵੇ ਤਾਂ ਫਿਰ ਇਹਨੂੰ ਥੋੜ੍ਹੀ ਜਿਹੀ ਘੱਟ ਲੱਗਦੀ ਹੈ। ਆਹ ਬੰਨਣ ਵਾਲਾ ਹੋਇਆ ਪਿਆ ਟਮਾਟਰ, ਟਮਾਟਰ ਦੀਆਂ ਵੇਲਾਂ ਹੈ। ਅਤੇ ਚਲੋ ਜੀ ਇਹ ਟੰਗਤਾ ਇਹਦੇ ਵਿੱਚ,
ਆਹ ਦੇਖੋ ਇੱਕ ਇੱਧਰ ਲੱਗੀ ਹੋਈ ਹੈ ਖੱਖੜੀ ਹੈ। ਇਹ ਵਿੱਚ ਧਤੂਰੇ ਦਾ ਬੂਟਾ ਚਲੋ ਫਰੈਂਡਸ ਅੱਜ ਲਈ ਇੰਨਾ ਹੀ, ਕੱਲ੍ਹ ਨੂੰ ਨਵੀਂ ਵੀਡੀਓ ਨਾਲ ਆਵਾਂਗੀ ਕਿਸੇ ਨਵੇਂ ਹੋਰ ਪੌਦੇ ਨਾਲ। ਥੈਂਕਸ ਫੋਰ ਵਾਚਿੰਗ ਐਂਡ ਟੇਕ ਕੇਅਰ।